ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਧ ਰਹੀਆਂ ਬੇਅਦਬੀਆਂ ਤੋਂ ਬਾਅਦ ਸਾਬਕਾ ਅਕਾਲੀ ਸਰਕਾਰ ਨੇ ਕੇਂਦਰ ਨੂੰ ਇੱਕ ਪ੍ਰਸਤਾਵ ਭੇਜਿਆ ਸੀ ਜਿਸ ਵਿੱਚ ਕੇਂਦਰ ਤੋਂ ਮੰਗ ਕੀਤੀ ਗਈ ਸੀ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਪਰ ਕੇਂਦਰ ਨੇ ਇਸ ਪ੍ਰਸਤਾਵ 'ਤੇ ਅਸਹਿਮਤੀ ਜਤਾਈ ਹੈ। ਕੇਂਦਰ ਨੇ ਕਿਹਾ ਕਿ ਕਿਸੇ ਇੱਕ ਧਰਮ ਲਈ ਇਹ ਕਾਨੂੰਨ ਨਹੀਂ ਬਣਾਇਆ ਜਾ ਸਕਦਾ, ਕਾਨੂੰਨ ਸਾਰੇ ਧਰਮਾਂ ਲਈ ਬਰਾਬਰ ਹੈ। ਸੋ ਸਰਕਾਰ ਇਸ ਕਾਨੂੰਨ ਸੰਬੰਧੀ ਸਾਰੇ ਧਰਮਾਂ ਨੂੰ ਸ਼ਾਮਿਲ ਕਰ ਪ੍ਰਸਤਾਵ ਨੂੰ ਦੁਆਰਾ ਭੇਜੇ। ਇਸ ਬਾਰੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਵੀ ਕਿਹਾ ਕਿ ਸਾਰੇ ਧਰਮ ਇੱਕ ਬਰਾਬਰ ਹਨ, ਬੇਅਦਬੀ ਕਿਸੇ ਧਰਮ ਦੇ ਗ੍ਰੰਥ ਦੀ ਹੋ ਸਕਦੀ ਹੈ। ਸੋ ਇਸ ਪ੍ਰਸਤਾਵ ਵਿੱਚ ਸਾਰੇ ਧਰਮਾਂ ਨੂੰ ਹੀ ਸ਼ਾਮਿਲ ਕਰਨਾ ਚਾਹੀਦਾ ਸੀ। ਸਾਡੀ ਗੁਜ਼ਾਰਿਸ਼ ਹੈ ਕਿ ਵੀ ਪੰਜਾਬ ਸਰਕਾਰ ਬਕਾਇਦਾ ਇੱਕ ਬਿੱਲ ਲੈ ਕੇ ਆਵੇ, ਉਹ 'ਚ ਸਾਰੇ ਮਜ਼ਹਬਾਂ ਦੀਆਂ ਜਿਹੜੀਆਂ ਮੁਕੱਦਸ ਕਿਤਾਬਾਂ ਹੈਗੀਆਂ, ਅਗਰ ਕਿਸੇ ਦੀ ਵੀ ਕੋਈ ਬੇਇੱਜ਼ਤੀ ਯਾਨੀ ਬੇਅਦਬੀ ਕਰਦਾ ਤਾਂ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਔਰ ਇਹ ਬਿੱਲ ਤਾਂ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਵੀ ਆਉਣਾ ਚਾਹੀਦਾ, ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਫਿਰਕਾ ਪ੍ਰਸਤੀ ਦਾ ਮਾਹੌਲ ਹੈ ਉਸ ਮਾਹੌਲ ਦੇ ਵਿੱਚ ਲੋਕ ਫਾਇਦਾ ਉਠਾ ਸਕਦੇ ਹੈ। ਇਸ ਵਾਸਤੇ ਪਾਰਲੀਮੈਂਟ 'ਚ ਵੀ ਬਿੱਲ ਲੈਣਾ ਚਾਹੀਦਾ ਔਰ ਵਿਧਾਨ ਸਭਾ 'ਚ ਵੀ ਕਿ ਕਿਸੇ ਵੀ ਮਜ਼ਹਬੀ ਕਿਤਾਬ ਦੀ ਬੇਅਦਬੀ ਹੋਵੇ ਉਸ ਬੰਦੇ ਨੂੰ ਕਮ ਸੇ ਕਮ ਫਾਂਸੀ ਸਜ਼ਾ ਜਾਂ 20 ਸਾਲ ਕੈਦ ਦਿੱਤੀ ਜਾਵੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਇਸ ਮੁਲਕ ਦੇ ਵਿੱਚ ਅਮਨ ਔਰ ਸ਼ਾਂਤੀ ਵਾਸਤੇ। ਕੇਂਦਰ ਸਰਕਾਰ ਨੇ ਰਾਜ ਸਰਕਾਰ ਤੋਂ ਸਾਰੇ ਧਰਮਾਂ ਨੂੰ ਸ਼ਾਮਿਲ ਕਰਕੇ ਫਿਰ ਪ੍ਰਸਤਾਵ ਮੰਗਵਾਇਆ। ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਸਰਕਾਰ ਵੱਲੋਂ ਭੇਜੇ ਪ੍ਰਸਤਾਵ ਨੂੰ ਸੋਧ ਕਰਕੇ ਕਾਂਗਰਸ ਵੱਲੋਂ ਭੇਜਿਆ ਜਾਂਦਾ ਹੈ ਜਾਂ ਨਹੀਂ।